ਸਮਝਾਉਂਦੇ ਸਨ ਕਿ ਬਾਹਰ ਦਾ ਤਨ ਕਰਕੇ ਤੂੰ ਸਜ ਗਿਆ ਹੈ, ਬਾਹਰੀ ਤੌਰ 'ਤੇ ਤੂੰ ਤਿਉਹਾਰ ਨਾਲ ਜੁੜ ਗਿਆ ਹੈ, ਪਰ ਕੀ ਅੰਦਰੋਂ ਵੀ ਤੂੰ ਜੁੜ ਗਿਆ ਹੈ? ਕਿ ਅੰਦਰੋਂ ਵੀ ਤੇਰੇ ਗਿਆਨ ਹੋ ਗਿਆ ਹੈ? ਕਿ ਅੰਦਰੋਂ ਵੀ ਤੇਰੇ ਪ੍ਰਕਾਸ਼ ਹੋ ਗਏ ਹੈ? ਕਿਤੇ ਐਸਾ ਤਾਂ ਨਹੀਂ ਕਿ ਬਾਹਰੀ ਤੌਰ 'ਤੇ ਤੂੰ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਹੈ, ਪਰ ਅੰਦਰ ਤੇਰੇ ਅਗਿਆਨਤਾ ਹੋਵੇ, ਅੰਦਰ ਤੇਰੇ ਗਿਆਨ ਦਾ ਚਾਨਣ ਹਲੇ ਹੋਇਆ ਨਾ ਹੋਵੇ? ਮਾਫ਼ ਕਰਨਾ, ਅੱਜ ਹਾਲਤ ਕੁਝ ਇਹੋ ਜਿਹੀ ਹੈ ਕਿ ਆਪਾਂ ਬਾਹਰੋਂ ਤਾਂ ਸੋਹਣੇ ਹਾਂ, ਪਰ ਅੰਦਰੋਂ ਸਾਡੇ ਉਹੀ ਕਾਲਖ ਜਿਹੜੀ ਹੈ। ਕਿਉਂਕਿ ਅੰਦਰ ਦੀ ਜੋਤ ਜਿਹੜੀ ਸੀ, ਅੰਦਰ ਦਾ ਜਿਹੜਾ ਗੁਰੂ ਦਾ ਗਿਆਨ ਸੀ, ਜਦੋਂ ਸਾਨੂੰ ਨਹੀਂ ਮਿਲਦਾ ਤਾਂ ਪਿਆਰਿਓ ਅੰਦਰ ਫਿਰ ਪ੍ਰਕਾਸ਼ ਨਹੀਂ ਹੁੰਦਾ, ਅੰਦਰੋਂ ਗਿਆਨ ਨਹੀਂ ਹੁੰਦਾ। ਉਹ ਗਿਆਨ ਗੁਰੂ ਦੀ ਬਾਣੀ ਵਿੱਚੋਂ ਮਿਲਦਾ ਹੈ, ਉਹ ਗਿਆਨ ਗੁਰੂ ਦਾ ਸ਼ਬਦ ਕਰਾਉਂਦਾ ਹੈ। ਮੈਂ ਤਾਂ ਕਹਾਂਗਾ, ਧੰਨ ਹੈ ਸੱਜਣ ਜਿਹੜਾ ਇੱਕ ਸ਼ਬਦ ਸੁਣ ਕੇ ਅੰਦਰੋਂ ਗਿਆਨ ਨਾਲ ਭਰ ਗਿਆ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਲਗਭਗ ਵਿਦਵਾਨ ਕਹਿੰਦੇ 5400 ਸ਼ਬਦ ਨੇ, ਅਤੇ ਪਿਆਰਿਓ ਅਸੀਂ ਸੁਣ ਕੇ ਫਿਰ ਵੀ ਅੰਦਰੋਂ ਪ੍ਰਕਾਸ਼ਵਾਨ ਨਹੀਂ ਹੋਏ, ਫਿਰ ਵੀ ਅੰਦਰੋਂ ਨਹੀਂ ਜੁੜੇ। ਕਿਉਂ? ਕਿਉਂਕਿ ਹਲੇ ਆਪਾਂ ਅੰਦਰੋਂ ਜੁੜੇ ਹੀ ਨਹੀਂ ਗੁਰੂ ਦੀ ਬਾਣੀ ਨਾਲ। ਬਾਹਰੀ ਤੌਰ 'ਤੇ ਪੜ੍ਹਦੇ ਹਾਂ, ਬਾਹਰੀ ਤੌਰ 'ਤੇ ਸੁਣਦੇ ਹਾਂ, ਬਾਹਰੀ ਤੌਰ 'ਤੇ ਗਾਉਂਦੇ ਹਾਂ, ਪਰ ਗੱਲ ਤਾਂ ਬਣੇਗੀ ਜੇ ਅੰਦਰੀ ਤੌਰ 'ਤੇ ਜੁੜ ਕੇ ਮੰਨਾਂਗੇ। ਕਿਉਂਕਿ ਗੁਰੂ ਨੂੰ ਤਾਂ ਪਤਾ ਹੈ, ਗੁਰੂ ਨੂੰ ਸਭ ਕੁਝ ਪਤਾ ਹੈ। ਗੁਰੂ ਨੂੰ ਪਤਾ ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਤਿਨਕਾ ਗਾਵਿਆ ਸੁਣਿਆ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਗੁਰੂ ਦਾ ਸ਼ਬਦ, ਸਤਿਗੁਰ ਸ਼ਬਦ ਉਜਾਰੋ ਦੀਪਾ, ਧਿਆਨ ਕਰਿਓ ਗੁਰੂ ਦਾ ਸ਼ਬਦ ਉਹ ਦੀਪ ਹੈ, ਉਹ ਦੀਪਕ ਹੈ ਜਿਹੜਾ ਸਾਡੇ ਅੰਦਰ ਨੂੰ ਉਜਿਆਰਦਾ, ਸਾਡੇ ਅੰਦਰ ਨੂੰ ਪ੍ਰਕਾਸ਼ਵਾਨ ਕਰਦਾ। ਔਰ ਉਹ ਪ੍ਰਕਾਸ਼ ਕੇਵਲ ਅਤੇ ਕੇਵਲ ਗੁਰੂ ਕੋਲੋਂ ਮਿਲਦਾ, ਉਹ ਪ੍ਰਕਾਸ਼ ਕਿਸੇ ਹੋਰ ਪਾਸੇ ਨਹੀਂ ਮਿਲਣਾ, ਕਿਸੇ ਹੋਰ ਭਟਕਣਾ ਵਿੱਚ ਪੈ ਕੇ ਨਹੀਂ ਮਿਲਣਾ। ਪਿਆਰਿਓ ਇਹ ਜਿਹੜਾ ਸਾਨੂੰ ਅੱਜ ਸਮਾਂ ਮਿਲਿਆ, ਕਿਉਂਕਿ ਦਾਸ ਸਵੇਰ ਤੋਂ ਵੇਖ ਰਿਹਾ ਹੈ ਤੁਸੀਂ ਬਹੁਤ ਗਿਣਤੀ ਅੰਦਰ ਆ ਰਹੇ ਹੋ, ਪਰ ਮਾਫ਼ ਕਰਨਾ, ਇਹ ਗੱਲ ਕਹਿਣ ਵਿੱਚ ਮੈਨੂੰ ਕੋਈ ਅਰਜ਼ ਨਹੀਂ ਕਿ ਆਪਾਂ ਇੱਥੇ ਕਿੰਨਾ ਸਮਾਂ ਬੈਠੇ ਹਾਂ। ਧਿਆਨ ਕਰਿਓ, ਆਪਾਂ ਆਉਂਦੇ ਹਾਂ, ਆ ਕਰਕੇ ਆਪਾਂ ਕਹਿੰਦੇ ਹਾਂ ਮੱਥਾ ਟੇਕਿਆ, ਪਰ ਕਰਮਾਂ ਲਈ ਪ੍ਰਸ਼ਾਦ ਲਿਆ ਅਤੇ ਉਸੇ ਪੈਰੀ ਵਾਪਸ ਮੁੜ ਗਏ। ਕਦੇ ਗੁਰੂ ਨੂੰ ਪੁੱਛੋ ਵੀ ਸੱਚੇ ਪਾਤਸ਼ਾਹ ਪ੍ਰਵਾਨ ਹੈ, ਇਹ ਗੱਲ ਪ੍ਰਵਾਨ ਹੈ? ਅਤੇ ਮੇਰੇ ਸਤਿਗੁਰੂ ਗੁਰੂ ਰਾਮਦਾਸ ਜੀ ਕਹਿੰਦੇ, ਪਿਆਰਿਓ ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ। ਕਹਿੰਦੇ ਐਵੇਂ ਵੇਖਣ ਵਾਲਿਆਂ ਦੀ ਤਾਂ ਗਿਣਤੀ ਬਹੁਤ ਜ਼ਿਆਦਾ ਹੈ, ਦੇਖਣ ਵਾਲੇ ਬਹੁਤ ਆਉਂਦੇ ਨੇ, ਦਰਸ਼ਨ ਕਰਨ ਬਹੁਤ ਆਉਂਦੇ ਨੇ, ਗੁਰੂ ਨੂੰ ਸਾਰੇ ਨਮਸਕਾਰ ਕਰਨ ਵਾਲੇ ਬਹੁਤ ਨੇ, ਪਰ ਇਕੱਲਾ ਵੇਖਿਆ ਮੁਕਤੀ ਨਹੀਂ ਮਿਲਣੀ। ਡਿੱਠੇ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ। ਜਦੋਂ ਤੱਕ ਤੁਸੀਂ ਬੈਠ ਕੇ ਜੁੜਦੇ ਨਹੀਂ ਨਾ, ਉਦੋਂ ਤੱਕ ਗੱਲ ਨਹੀਂ ਬਣੇਗੀ, ਉਦੋਂ ਤੱਕ ਤੁਹਾਨੂੰ ਪਤਾ ਨਹੀਂ ਚੱਲੇਗਾ ਮੇਰੇ ਗੁਰੂ ਨੇ ਕੀ ਕਿਹਾ ਅਤੇ ਮੈਂ ਕਰਨਾ ਕੀ ਹੈ। ਸਾਧ ਸੰਗਤ ਜੀ, ਅੱਜ ਲੋੜ ਹੈ ਸਾਨੂੰ ਗੁਰੂ ਦੀ ਗੋਦ ਵਿੱਚ ਬੈਠ ਕੇ ਬਾਣੀ ਨਾਲ ਜੁੜਨ ਦੀ। ਭਾਈ ਵੀਰ ਸਿੰਘ ਜੀ ਨੂੰ ਕਿਸੇ ਪੁੱਛ ਲਿਆ ਸੀ ਕਿ ਭਾਈ ਵੀਰ ਸਿੰਘ ਜੀ, ਅਸੀਂ ਬਾਣੀ ਪੜ੍ਹਦੇ ਹਾਂ ਪਰ ਬਾਣੀ ਵਿੱਚ ਸਾਡਾ ਮਨ ਨਹੀਂ ਲੱਗਦਾ। ਅਤੇ ਭਾਈ ਵੀਰ ਸਿੰਘ ਜੀ ਨੇ ਬੜਾ ਪਿਆਰਾ ਜਵਾਬ ਦਿੱਤਾ ਸੀ, ਕਹਿੰਦੇ ਸੱਜਣਾ, ਕਦੇ ਮਹਿਸੂਸ ਕੀਤਾ ਕਿ ਮੈਂ ਬਾਣੀ ਪੜ੍ਹਦਾ ਪਰ ਬਾਣੀ ਗੁਰੂ ਦੀ ਗੋਦ ਵਿੱਚ ਬੈਠ ਕੇ ਪੜ੍ਹਦਾ? ਜਿੱਦਣ ਮਹਿਸੂਸ ਹੋ ਗਿਆ ਵੀ ਮੈਂ ਆਪਣੇ ਗੁਰੂ ਮਾਂ ਦੀ ਗੋਦ ਵਿੱਚ ਬੈਠਾ, ਮੇਰਾ ਗੁਰੂ ਮੇਰੇ ਕੋਲੋਂ ਸ਼ਬਦ ਪੜ੍ਹਾ ਰਿਹਾ, ਫਿਰ ਸ਼ਬਦ ਵਿੱਚ ਚਿੱਤ ਵੀ ਜੁੜੇਗਾ, ਫਿਰ ਜੋ ਸ਼ਬਦ ਕਹਿ ਰਿਹਾ ਉਹ ਅੰਦਰ ਨੂੰ ਗਿਆਨ ਵੀ ਮਿਲੇਗਾ। ਜਿੱਦਣ ਗੁਰੂ ਦੇ ਸ਼ਬਦ ਦਾ ਗਿਆਨ ਮਿਲ ਗਿਆ ਤਾਂ ਪਿਆਰਿਓ ਜਿਹੜੇ ਦੀਵੇ ਸਾਡੇ ਬੁਝੇ ਨੇ ਨਾ ਅਗਿਆਨਤਾ ਵੱਸ ਹੋ ਕਰਕੇ, ਉਹ ਗਿਆਨ ਦੇ ਚਾਨਣ ਨਾਲ ਫਿਰ ਜਗ ਜਾਣਗੇ। ਔਰ ਉਹ ਗਿਆਨ ਦਾ ਚਾਨਣ ਗੁਰੂ ਤੋਂ ਇਲਾਵਾ ਹੋਰ ਪਾਸੇ ਨਹੀਂ ਮਿਲਦਾ। ਜਿੱਦਣ ਉਹ ਗਿਆਨ ਦਾ ਦੀਵਾ ਜਗ ਗਿਆ, ਦੀਵਾ ਬਲੇ ਅੰਧੇਰਾ ਜਾਏ, ਫਿਰ ਉਹ ਅੰਧੇਰਾ ਜਿਹੜਾ ਖਤਮ ਹੋ ਜਾਏਗਾ, ਅੰਦਰ ਨੂੰ ਪ੍ਰਕਾਸ਼ ਮਿਲ ਜਾਏਗਾ,
फिर दिवाली एक दिन की नहीं प्यारे, दिवाली रोज की बन जानी है। फिर आनंद एक दिन का नहीं, वो आनंद सदा का बन जाना है प्यारे। खुशी एक दिन की नहीं, वो खुशी सदा की बन जाएगी। पर किनू मिलती है लख खुशियां पातशाहियां जे सतगुर नजर करे। किवें गुरु की कृपा होती है, निमख एक हर नाम दे मेरा मन तन शीतल होए। वो शीतलताई वाला जीवन जदों नाम नाल जुड़ के गुरु की कृपा के पात्र बन के जीवांगे, फिर लखां खुशियां लखां पातशाहियां झोली विच पै जाणगी। फिर साडी भटकना साडी दुविधा साडे अंदर दा अज्ञान सारा मिट जाएगा और गुरु सानू चानण दे के प्रकाश कर देगा। फिर वो दिन प्यारे साडे लई असल चानण दा दिन होएगा, असल साडे अंदर वो दिन होएगा। दिवाली तो होएगी नाल दी नाल गुरु बंधना चो कट के साडे लई सदा ही बंदी छोड़दाता बन जाए। देखो 52 राजियां गुरु ने अपने चोले दियां कलियां पकड़ाई, ध्यान करियो वो 52 दे 52 बाहर आ गए। हैरानी की गल है वो 52 नूं चोले दियां कलियां पकड़ा के बाहर कढ गुरु सकदे। ते प्यारियो जिहदी बांह गुरु पकड़ ले उन्हों भी गुरु भव सागर तो कढ सकदे, क्योंकि बचन आया गुरबाणी दा बाहां पकड़ जिन कढ़िया सोई उतरिया पार। गुरबाणी विच किधरे शब्द नहीं आया भी गुरु उंगल पकड़दे, क्योंकि उंगल छुट सकती है पर प्यारियो जे किसी भीड़ विच बच्चे नूं संभालना होवे ते मां प्यो बाह पकड़ लैंदे ने, उंगल छुट सकती है, बाह नूं छुटाउणा बड़ा औखा है। मेरा पुत्र किते दुनिया दे विकारां च खचत ना हो जावे, इसलिए मैं इनू बाह पकड़ लैंदा। गुरु बाह पकड़न लई तैयार बैठे ते प्यारियो तैयारी साडे वल्लों भी चाहीदी है कि आपां गुरु नूं बाह पकड़ाइए। जे गुरु बंदी छोड़दाता है ते गुरु साडे बंधन कट के सानू पार करा सकदा है। मेरे गुरदेव दी बाणी दा बचन है कि सतगुरु जिहड़ा है ना वह जिथे सारे बंधन कटदा है उत्थे बिघन विनाशन सब दुख नासन। सतगुर नाम दड़ाया खोए पाप भए सब पावन, जन नानक सुख कर आया। वह फिर सारे पाप दुख कटे जाते ने ते वो सुख भाव जिहड़ा सारे सुखां दा दाता है वह हिरदे अंदर वस जांदा है। गुरु तो बार बार सानू उहदे नाल जोड़दा है ते कहिंदा प्यारिया उस वाहिगुरु की शरण विच आ, उस वाहिगुरु के नाम नाल जुड़ जिहड़ा इच्छा पूरक सर्व सुखदाता हर जाके वस है काम धेना। सो ऐसा हर ध्याईऐ मेरे जीड़े ता सर्व सुख पावे। मेरे मना जप मन सत नाम सदा सत नाम, ते फिर की होएगा जी हालत पलत मुख उज्जल होई है, ओ उजियारा साडे अंदर होएगा लोक विच भी ते परलोक विच भी। हालत पलत मुख उज्जल होई है नित ध्याईऐ हर पुरख निरंजना, पर नित जपना पैण। चार काम सिख करे, चार काम सिख करे गुरु कहिंदा, ते प्यारियो जिहड़ा चार काम सिख करे ना ते गुरु उन्हूं दावे नाल कहिंदा मैं करते दे घर विचों प्रवान हो जाएगा। असी हुणी रह रास दी बाणी पढ़ी है, चार काम किहड़े ने। मैं एक बजुर्ग कोल बैठा सी, बड़ी जुड़ी आत्मा सी, उन्हें आखिया मैं क्या बजुर्ग जी की करदे हो, कहिंदा भी सज्जना दो काम मैं कर आया ते दो काम करन चले। उन्हें पंक्ति लिखी गुरु दी उचारी पंक्ति समझाई, दो काम कर आए ते दो करन चले। मैं पूछना ही सी भी भाई दो केड़े करते ने दो केड़े करन चले। गुरु दी बाणी दा वचन है कि अंतर गुर आराधना जेहवा जप गुर नाम। ये दो काम आपां सवेरे उठदे हां अपने अंतर आत्मे तो उसनू आराधी, फिर अपनी जेवा राही जेड़ी रसना सानू करते ने दित्ती है ना
ਇਹ ਰਸਨਾ ਰਾਹੀਂ ਕੀ ਕਰਨੇ, ਰਸਨਾ ਗੁਣ ਗੋਪਾਲ ਨਿਤ ਗਾਇਨ, ਸ਼ਾਂਤ ਸਹਿਜ ਰਹੱਸਮਾਂ ਨੇ ਉਪਜਿਓ, ਸਗਲੇ ਦੁੱਖ ਪਲਾਇਨ, ਜਿਹਵਾ ਜਪ ਗੁਰ ਨਾਮ। ਇਹ ਦੋ ਕੰਮ ਕਰੇ, ਦੋ ਕੰਮ ਫਿਰ ਗੁਰੂ ਕੋਲ ਆ ਕੇ ਵੀ ਕਰਨੇ ਨੇ, ਉਹ ਕਿਹੜੇ ਜੀ, ਨੇਤਰੀ ਸਤਿਗੁਰ ਪੇਖਣ। ਆਏ ਹੋ ਨਾ ਸੰਗਤ ਵਿੱਚ ਅੱਜ, ਅਤੇ ਗੁਰੂ ਨੂੰ ਇਹਨਾਂ ਨੇਤਰਾਂ ਨਾਲ ਵੇਖਣਾ ਹੈ, ਨੇਤਰੀ ਸਤਿਗੁਰ ਪੇਖਣ। ਫਿਰ ਸੰਗਤ ਵਿੱਚ ਬੈਠ ਕੇ ਕੀ ਕਰਨੇ ਜੀ, ਇਕੱਲਾ ਵੇਖਣਾ ਹੀ ਨਹੀਂ ਹੈ, ਸਰਵਣੀ ਸੁਣਾ ਗੁਰ ਨਾਉ। ਇੱਥੇ ਬੈਠ ਕੇ ਇਹਨਾਂ ਕੰਨਾਂ ਨੂੰ ਵੀ ਕੰਮ ਲਾਉਣਾ, ਕੰਨਾਂ ਰਾਹੀਂ ਸੁਣਨਾ। ਅਤੇ ਸਤਿਗੁਰੂ ਜਿਹੜਾ ਇਹ ਚਾਰ ਕੰਮ ਕਰਦਾ, ਕਿਹੜੇ ਜੀ, ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਾ ਗੁਰ ਨਾਉ। ਅਤੇ ਗੁਰੂ ਕਹਿੰਦੇ ਸਤਿਗੁਰ ਸੇਤੀ ਰਤਿਆਂ, ਜਿਹੜਾ ਐਵੇਂ ਰਤ ਗਿਆ ਨਾ ਗੁਰੂ ਨਾਲ, ਸਤਿਗੁਰ ਸੇਤੀ ਰਤਿਆਂ, ਦਰਗਾਹ ਪਾਈ ਹੈ ਠਾਉਂ। ਠਾਉਂ ਕਹਿੰਦੇ ਟਿਕਾਣੇ, ਕਹਿੰਦੇ ਉਹ ਰੱਬੀ ਦਰਗਾਹ ਵਿੱਚ ਟਿਕਾਣਾ ਪਾ ਲੈਂਦਾ, ਦਰਗਾਹ ਪਾਵੇ ਠਾਉਂ। ਫਿਰ ਪਿਆਰਿਓ ਇਹ ਕਿਹਨਾਂ ਨੂੰ ਦਾਤ ਮਿਲਦੀ ਹੈ, ਸਤਿਗੁਰ ਸੇਤੀ ਰਤਿਆਂ, ਦਰਗਾਹ ਪਾਈਏ ਠਾਉ, ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ। ਵੱਥ ਕਹਿੰਦੇ ਆ ਸੌਦੇ ਨੂੰ, ਕਹਿੰਦੇ ਜਿਨ੍ਹਾਂ ਨੂੰ ਇਹ ਸੌਦਾ ਰੱਬ ਦੇ ਦਿੰਦਾ, ਗੁਰੂ ਕਿਰਪਾ ਕਰਕੇ, ਜੱਗ ਮੈਂ ਉੱਤਮ ਕਾਂਢੀ ਹੈ ਵਿਰਲੇ ਕਈ ਕੇ, ਪਰ ਇਹ ਸੌਦਾ ਕਿਸੇ ਵਿਰਲੇ ਨੂੰ ਮਿਲਦਾ, ਇਹ ਚਾਰ ਕੰਮ ਕੋਈ ਵਿਰਲਾ ਕਰਦਾ। ਗੁਰਸਿੱਖ ਚਾਰ ਤਿੰਨ ਚੀਜ਼ਾਂ ਤੂੰ ਕਰ, ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਤਿੰਨ ਚੀਜ਼ਾਂ ਤੂੰ ਕਰ ਅਤੇ ਤਿੰਨ ਚੀਜ਼ਾਂ ਗੁਰੂ ਕਰੇਗਾ। ਸਤਿਗੁਰੂ ਕਿਹੜੀਆਂ ਕਿਹੜੀਆਂ, ਕਹਿੰਦੇ ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ। ਇਹ ਤਿੰਨ ਚੀਜ਼ਾਂ ਤੈਅ ਕਰਨੀ ਹੈ, ਤਜ ਦੇ ਸਿਆਣਪਾਂ ਨੂੰ, ਤਜੋ ਸਿਆਣਪ ਸੁਰਜਨੋ, ਅਤੇ ਦੂਜਾ ਕਾਰਜ ਕਰਨਾ ਸਿਮਰੋ ਹਰ ਹਰ ਰਾਏ, ਅਤੇ ਤੀਜੀ ਚੀਜ਼ ਕਰਨੀ ਹੈ ਏਕ ਆਸ ਹਰ ਮਨ ਰੱਖੋ। ਇੱਕ 'ਤੇ ਆਸ ਲਾ ਕੇ ਰੱਖਣੀ ਹੈ, ਅਤੇ ਜੇ ਤਿੰਨ ਚੀਜ਼ਾਂ ਤੂੰ ਕਰੇਗਾ ਅਤੇ ਤਿੰਨ ਚੀਜ਼ਾਂ ਗੁਰੂ ਵੀ ਕਰੇਗਾ, ਉਹ ਕਿਹੜੀਆਂ ਜੀ, ਸਤਿਗੁਰੂ ਕਹਿੰਦੇ ਨੇ ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ। ਅਤੇ ਗੁਰੂ ਨੇ ਕੀ ਕੀਤਾ, ਸਤਿਗੁਰੂ ਕਹਿੰਦੇ ਨੇ ਅੰਦਰ ਦੇ ਦੁੱਖ ਭਰਮ ਭਉ ਜਾਏ, ਤੇਰੇ ਦੁੱਖ ਗੁਰੂ ਕੱਟੇਗਾ, ਤੇਰੇ ਅੰਦਰ ਦਾ ਭਰਮ ਗੁਰੂ ਕੱਟੇਗਾ, ਅਤੇ ਤੇਰੇ ਅੰਦਰ ਦਾ ਡਰ ਵੀ ਗੁਰੂ ਕੱਟ ਦੇਗਾ। ਜਿੱਦਣ ਤੂੰ ਗੁਰੂ ਨਾਲ ਜੁੜ ਗਿਆ, ਅਸਲ ਵਿੱਚ ਤੇਰਾ ਅੰਦਰ ਚਾਨਣ ਨਾਲ ਭਰ ਜਾਏਗਾ, ਔਰ ਉਹ ਚਾਨਣ ਗੁਰੂ ਤੋਂ ਇਲਾਵਾ ਹੋਰ ਪਾਸੇ ਕਿਧਰੇ ਨਹੀਂ ਮਿਲਦਾ, ਕਿਉਂਕਿ ਗੁਰੂ ਦਾ ਅਰਥ ਵੀ ਇਹੋ ਹੈ ਜਿਹੜਾ ਅੰਧੇਰੇ 'ਚੋਂ ਕੱਢ ਕੇ ਚਾਨਣ ਦੇ ਦੇ। ਔਰ ਸਾਡਾ ਗੁਰੂ ਤਾਂ ਉਹ ਗੁਰੂ ਹੈ ਜਿਹੜਾ ਪਿਆਰਿਓ ਸਾਨੂੰ ਹਮੇਸ਼ਾ ਪ੍ਰਕਾਸ਼ ਦਿੰਦਾ, ਸਾਨੂੰ ਸੇਧ ਦਿੰਦਾ। ਅਤੇ ਗੁਰੂ ਦਾ ਸਿੱਖ ਨੇ ਰੋਜ਼ ਕਹਿਣਾ ਹੀ ਨਹੀਂ ਕਿ ਆਪਾਂ ਮਨ ਗੁਰੂ ਮੰਨਿਓ ਗ੍ਰੰਥ, ਅਤੇ ਆਪਾਂ ਗੁਰੂ ਗ੍ਰੰਥ ਦੀ ਵੀ ਮੰਨਣੀ ਹੈ। ਇਕੱਲਾ ਕਹਿਣਾ ਨਹੀਂ ਵੀ ਮੇਰਾ ਗੁਰੂ ਗੁਰੂ ਗ੍ਰੰਥ ਹੈ, ਗੁਰੂ ਗ੍ਰੰਥ ਦੀ ਵੀ ਮੰਨਣੀ ਹੈ। ਅਤੇ ਜਿਹੜਾ ਮੰਨ ਕੇ ਚੱਲੇਗਾ ਪਿਆਰਿਓ, ਉਹ ਆਪਣੀ ਜ਼ਿੰਦਗੀ ਅੰਦਰ ਸਭ ਕੁਝ ਹਾਸਲ ਕਰ ਲਏਗਾ, ਉਹਦੀ ਇਹ ਲੋਕ ਅਤੇ ਪਰਲੋਕ ਸੁਹੇਲੇ ਹੋ ਜਾਣਗੇ। ਇਕੱਲੇ ਸਤਿਗੁਰੂ ਗੁਰੂ ਨਾਨਕ ਕਹਿੰਦੇ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁੱਖ ਉਜਲੇ। ਕਿਹਤੀ ਛੁੱਟੀ ਨਾਲ ਅੰਦਰ ਉਜਲਾ ਹੋਇਆ, ਮੁੱਖ ਉਜਲਾ ਹੋਇਆ, ਅਤੇ ਲੋਕ ਪਰਲੋਕ ਸਵਰ ਗਏ। ਇਹ ਕਾਰਜ ਤਾਂਹੀਓ ਹੋਏਗਾ ਜੇ ਤੁਸੀਂ ਗੁਰੂ ਦੇ ਦਿੱਤੇ ਉਪਦੇਸ਼ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਵਾਰੋਗੇ। ਇਹ ਸੋਹਣਾ ਸਮਾਂ ਸਾਨੂੰ ਮਿਲਿਆ, ਅਸੀਂ ਸਾਰੇ ਭਾਗਾਂ ਵਾਲੇ ਹਾਂ ਜੋ ਅੱਜ ਦੇ ਇਸ ਦਿਹਾੜੇ 'ਤੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹਾਂ। ਗੁਰੂ ਅੱਗੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਤੂੰ ਹੀ ਸਭ ਕੁਝ ਦੇਣ ਵਾਲਾ, ਕਿਰਪਾ ਕਰ, ਆ ਮਨ ਭਟਕਦਾ, ਇਸ ਮਨ ਨੂੰ ਤੂੰ ਹੀ ਆਪਣੀ ਨਾਮ ਨਾਲ ਆਪਣੀ ਬਾਣੀ ਨਾਲ ਜੋੜ ਲੈ। ਇਹ ਅਰਦਾਸ ਸਾਰੇ ਕਰਿਆ ਕਰੀ। ਕਿਹੜੀ ਅਰਦਾਸ ਜੀ, ਸੱਚੇ ਸਾਹਿਬਾ
क्या नहीं कर तेरे, करता तेरे सब किश है, जिस देहे सो पावे सदा सिफत सलाह तेरी, नाम मन वसावे। ते गुरु नु पुछिए नाम जिनके मन वसिया, वाजे शब्द कनेरे कह नानक सच्चे साहिब क्या नहीं कर तेरे, जे सारा कुछ तेरे घर चो मिले है वे वाहिगुरु इक कृपा कर मेरा मन भी तेरे नाम नाल जुड़ जावे। मैं अरदास करा कि विसर नाहीं दातार अपना नाम देहे, गुण गावां दिन रात नानक चाओ एहे, आ गुरु दे दर ते आयो ते मंगना भी सिख जायो, मंगना मंगन नीका हर जस गुर ते मंगना, मंगना चंगा है नीका कहिंदे चंगे नूं, मंगना बड़ा चंगा हुंदा है पर मंगिए कि गुरु दे दर ते आके हर जस गुर ते मंगना, गुरु कोलो हरी दा जस मंग लईए। जिन्हां ने मंगिया उन्हां दा अंदर दीपक बन गया, उन्हां दा अंदर ज्ञान नाल चानण हो गया, उन्हां दे अंदर इहो जी रोशनी होई कि प्यारियो उन्हां दा फिर अंदर वह ज्ञान नाल जुड़ के उस ज्ञान देण वाले अत दे चानण प्रभु दे घर विच कबूल हो जांदा है। सतगुरु रहमत करन, इन्नियां क विचारां प्रवान करनियां, आप संगत नूं बंदी छोड़ दिवस दियां ते दिवाली दियां लख लख वधाइयां होण। पर अरदास करिए गुरु अग्गे सच्चे पातशाह किरपा कर, बाहर दे दीवे तां आपां जगा दित्ते है, तू साडे अंदर दा ज्ञान दा दीवा जगा, तू वाहिगुरु बाहरों तां आपां बंदी छोड़ मना रहे हां पर साडे अंदर दी वी बंद खलासी कर, तां कि साडे इह लोक सुखीए पर लोक सुहेले, नानक हर प्रभ आपे मेले बन आउण जी। इन्नियां क विचारां प्रवान करनियां, होइयां गलतियां भुल्लां चुक्कां नूं संगत बख्शण योग है, बख्श दे हो जी, दिओ असीस, बुलाओ जी फतेह। वाहिगुरु जी का खालसा, वाहिगुरु जी की फतेह।